ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਲੋਕਮਤ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਵੱਲੋਂ ਪਰ ਲੈ ਕੇ ਹਾਜ਼ਰ ਹਾਂ ਟੋਪ ਪੰਜਾਬੀ ਨਿਊਜ਼ ਪ੍ਰੋਗਰਾਮ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਪ੍ਰਮੁੱਖ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਪਰਮੀਤ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਨਾਲ ਜੋੜ ਲਈਏ ਫਿਰ ਅੱਗੇ ਚੱਲਦੇ ਹਾਂ। ਪਰਮੀਤ ਜੀ ਤੁਹਾਡਾ ਬਹੁਤ ਸਵਾਗਤ ਜੀ। ਮਿਹਰਬਾਨੀ ਮਨਦੀਪ ਜੀ। ਪਰਮੀਤ ਜੀ ਕੀ ਲੱਗਦਾ ਹੈ ਕਿ ਹੁਣ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਮੁੜ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਵਿਧਾਇਕ ਪ੍ਰਤਾਪ ਬਾਜਵਾ ਹੋਰਾਂ ਨੇ ਘੇਰਿਆ ਤੇ ਹੁਣ ਤਿੰਨ ਵਿਧਾਇਕਾਂ ਦਾ ਨਵਾਂ ਮਾਮਲਾ ਕੱਢ ਲਿਆਏ ਨੇ, ਪੂਰਾ ਮਾਮਲਾ ਹੈ ਕੀ ਜੀ? ਜੀ ਮਨਦੀਪ, ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਲਗਾਤਾਰ ਵਿਰੋਧੀ ਧਿਰ ਵਾਲੀ ਭੂਮਿਕਾ ਨਿਭਾਈ ਜਾ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਉਹ ਆਪਣੀ ਭੂਮਿਕਾ ਬਿਲਕੁਲ ਠੀਕ ਨਿਭਾ ਰਹੇ ਨੇ। ਉਹਨੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਪਰ ਕੁੱਝ ਚਿੱਠੀਆਂ ਜਾਂ ਕਹਿੰਦੇ ਕਾਗਜ਼ ਸਾਂਝੇ ਕੀਤੇ ਨੇ, ਜਿਸ ਚੋਂ ਇੱਕ ਖੁਲਾਸਾ ਹੁੰਦਾ ਹੈ ਕਿ ਜੋ ਬਲਜਿੰਦਰ ਕੌਰ MLA ਨੇ ਆਮ ਆਦਮੀ ਪਾਰਟੀ ਦੇ ਤਲਵੰਡੀ ਸਾਬੋ ਤੋਂ, ਉਹਨਾਂ ਨੂੰ ਜੋ ਚੰਡੀਗੜ੍ਹ ਦੇ ਵਿੱਚ ਕੋਠੀ ਨੰਬਰ 951 ਸੈਕਟਰ 39 ਵਿੱਚ ਅਲਾਟ ਕੀਤੀ ਗਈ ਆ। ਉਹਨਾਂ ਦੇ ਨਾਲ ਮੋਹਾਲੀ ਤੋਂ ਨੇ ਜੋ ਪੰਜਾਬ ਦੇ ਸਭ ਤੋਂ ਅਮੀਰ MLA ਕੁਲਵੰਤ ਸਿੰਘ, ਉਹਨਾਂ ਨੂੰ ਕੋਠੀ ਨੰਬਰ 964 ਤੇ ਨਾਲ ਹੀ ਜੋ ਕੁਲਜੀਤ ਸਿੰਘ ਰੰਧਾਵਾ ਨੇ MLA ਡੇਰਾਬੱਸੀ ਤੋਂ, ਉਹਨਾਂ ਨੂੰ 965 ਜੋ ਸਰਕਾਰੀ ਕੋਠੀ ਆ ਅਲਾਟ ਕੀਤੀ ਗਈ ਆ। ਇਹ ਉਹ ਕੋਠੀਆਂ ਨੇ ਜੋ ਇੱਕ ਮੰਤਰੀ ਨੂੰ ਮਿਲਦੀਆਂ ਨੇ, ਪਰ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਕੋਠੀਆਂ ਆਪਣੇ MLA ਨੂੰ ਦਿੱਤੀਆਂ ਗਈਆਂ ਨੇ। ਤਾਂ ਵੱਡੇ ਸਵਾਲ ਇਹ ਖੜੇ ਹੁੰਦੇ ਆ ਕਿ ਜੋ ਕੋਠੀਆਂ ਹੁਣ ਤੱਕ ਇੱਕ ਮੰਤਰੀ ਦੇ ਤੌਰ ਤੇ ਮਿਲਦੀਆਂ ਆ ਰਹੀਆਂ ਨੇ, ਤੇ ਆਮ ਆਦਮੀ ਪਾਰਟੀ ਨੂੰ ਕਿਹੜੀ ਮਜਬੂਰੀ ਆ ਕਿ ਉਹਨਾਂ ਦੇ ਵੱਲੋਂ ਇਹ ਕੋਠੀਆਂ MLA ਨੂੰ ਅਲਾਟ ਕੀਤੀਆਂ ਜਾ ਰਹੀਆਂ ਨੇ। ਇਸਦੇ ਨਾਲ ਇੱਕ ਹੋਰ ਗੱਲ ਵੀ ਸਾਹਮਣੇ ਆਈ ਆ ਕਿ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ PTK ਸਕੱਤਰ ਨੇ ਸੁਖਵੀਰ ਸਿੰਘ, ਉਹਨਾਂ ਨੂੰ ਵੀ ਇੱਕ ਕੋਠੀ ਆ ਅਲਾਟ ਕੀਤੀ ਗਈ ਆ, 11 ਨੰਬਰ ਕੋਠੀ ਆ ਸੈਕਟਰ 7 ਦੇ ਵਿੱਚ। ਤਾਂ ਇਹ ਵੀ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਦੇ ਜੋ ਐਡਵਾਈਜ਼ਰ ਹੁੰਦੇ ਨੇ, ਜੋ ਸਲਾਹਕਾਰ ਹੁੰਦੇ ਨੇ, ਉਹਨਾਂ ਨੂੰ ਇੱਕ ਤਰ੍ਹਾਂ ਸਰਕਾਰੀ ਕੋਠੀ ਅਲਾਟ ਕਰਨਾ ਵੀ ਨਵੀਂ ਸਰਕਾਰ ਦੇ ਵੱਲੋਂ ਪਿਰਤ ਪਾਈ ਜਾ ਰਹੀ ਆ। ਬਾਕੀ ਹੀ ਬਦਲਾਵ ਆ ਰਿਹਾ ਹੈ। ਇਸ ਤੋਂ ਪਹਿਲਾਂ ਜੋ ਸਰਕਾਰਾਂ ਰਹੀਆਂ ਉਹਨਾਂ ਨੇ ਕਦੇ ਵੀ ਆਪਣੇ ਜੋ MLA ਸੀ ਉਹਨਾਂ ਨੂੰ ਸਰਕਾਰੀ ਕੋਠੀ ਜੋ ਮੰਤਰੀ ਆਈ ਅਲਾਟ ਨਹੀਂ ਕੀਤੀ ਸੀ, ਜਾਂ ਜੋ ਇਹਨਾਂ ਦੇ ਸਲਾਹਕਾਰ ਹੁੰਦੇ ਸੀ ਉਹਨਾਂ ਨੂੰ ਇਸ ਤਰ੍ਹਾਂ ਕਦੇ ਨਹੀਂ ਕੀਤਾ ਗਿਆ ਸੀ। ਤੁਹਾਡੇ ਕੋਲ ਜਾਣਕਾਰੀ ਆ, ਬਦਲਾਵ ਆ ਰਿਹਾ ਹੈ, ਸਰਕਾਰ ਨਵੀਆਂ ਨਵੀਆਂ ਪਿਰਤਾਂ ਪਾ ਰਹੀ ਆ। ਸਵਾਲ ਤਾਂ ਇਹ ਬਣਦਾ ਹੈ ਕਿ ਕਿਹੜਾ ਡਰ ਬਣ ਗਿਆ ਆਮ ਆਦਮੀ ਪਾਰਟੀ ਨੂੰ ਕਿ ਉਸਨੂੰ ਅਜਿਹਾ ਕੁਛ ਕਰਨਾ ਪੈ ਰਿਹਾ ਹੈ। ਪਰ ਇਹਨਾਂ ਹੀ ਵਾਅਦਿਆਂ ਦੇ ਨਾਲ ਉਹ ਸੱਤਾ ਵਿੱਚ ਆਏ ਸੀ ਕਿ ਅਸੀਂ ਆਮ ਕਲਚਰ ਲੈ ਕੇ ਆਵਾਂਗੇ, VIP ਕਲਚਰ ਖਤਮ ਕਰਾਂਗੇ ਤੇ ਆਮ ਲੋਕਾਂ ਦੀ ਸੁਣਵਾਈ ਹੋਵੇਗੀ। ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਜੋ ਸਾਰੇ ਕਾਨੂੰਨ ਆ ਉਹਨਾਂ ਨੂੰ ਛਿੱਕੇ ਹਟਤਾ ਹੈ ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਦੀ ਬਦਲਾਵ ਵਾਲੀ ਸਰਕਾਰ ਨੇ। ਜੀ ਮਨਦੀਪ ਜੀ, ਕਿਉਂਕਿ ਬਿਲਕੁਲ ਪਰਮੀਤ ਤੁਹਾਡੀ ਗੱਲ ਸਹੀ ਹੈ, ਜਿਹੜੀ ਸਰਕਾਰ ਜਦੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਦਾਅਵੇ ਕੀਤੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਸਿਆਸੀ ਸੱਭਿਆਚਾਰ ਨੂੰ ਬਦਲਾਂਗੇ, ਸਿਆਸੀ ਸੱਭਿਆਚਾਰ ਨੂੰ ਪੰਜਾਬ ਦੀ ਰਾਜਨੀਤੀ ਨੂੰ ਬਦਲਣ ਦੀ ਗੱਲ ਕਰਦੇ ਕਰਦੇ ਖੁਦ ਬਦਲ ਬੈਠੇ, ਕਿਉਂਕਿ ਹੋਰ ਵੀ ਇਸ ਤੋਂ ਇਲਾਵਾ ਹੋਰ ਵੀ ਜਦੋਂ ਦੀ 7 ਮਹੀਨੇ ਹੋਏ ਨੇ ਸਰਕਾਰ ਬਣੀ ਨੂੰ, ਕਈ ਵਿਵਾਦਾਂ ਦੇ ਵਿੱਚ ਘਿਰ ਰਹੀ ਹੈ, ਭਾਵੇਂ ਇਸ਼ਤਿਹਾਰਬਾਜ਼ੀ ਹੋਵੇ ਜਾਂ ਫਿਰ ਫਜ਼ੂਲੀ ਖਰਚਾ ਹੋਵੇ, ਕਿਉਂਕਿ ਪੰਜਾਬ ਦੇ ਉੱਤੇ ਜਿਹੜਾ ਆਰਥਿਕ ਸੰਕਟ ਹੈ ਨਾ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ, ਜੋ ਤਕਰੀਬਨ 2-3 ਦਹਾਕਿਆਂ ਤੋਂ ਪੰਜਾਬ ਦੇ ਵੀ ਜਿਹੜਾ ਖਜ਼ਾਨਾ ਖਾਲੀ ਹੋਣ ਲੱਗਿਆ ਨਾ, ਉਹਦਾ ਕਾਰਨ ਲੱਭਣਾ ਸਭ ਤੋਂ ਵੱਡੀ ਚੁਣੌਤੀ ਹੈ CM ਭਗਵੰਤ ਮਾਨ ਹੋਰਾਂ ਦੇ ਕੋਲ। ਜੇਕਰ ਆਪ ਹੀ ਜਿਹੜੀ ਪੰਜਾਬ ਦੀ ਖਜ਼ਾਨਾ ਪੰਜਾਬ ਦਾ ਖਜ਼ਾਨੇ ਨੂੰ ਘੁਣ ਵਾਂਗੂ ਲੱਗ ਜਾਣਗੇ, ਤਾਂ ਜਿਹੜੀ ਪੰਜਾਬ ਦੇ ਹੁਣ ਵਿਰੋਧੀ ਇਹ ਵੀ ਸਵਾਲ ਚੁੱਕਦੇ ਨੇ ਕਿ ਜਿਹੜੇ ਬਾਹਰੇ ਸੂਬੇ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਉਹਦੇ ਵਾਸਤੇ ਵੀ ਪੰਜਾਬ ਦਾ ਜਿਹੜਾ ਖਜ਼ਾਨਾ ਪੰਜਾਬ ਦਾ ਪੈਸਾ ਵਰਤਿਆ ਜਾ ਰਿਹਾ ਜੀ। ਜੀ ਪਰਮੇਸ਼ ਜੀ, ਇਹ ਅਗਲਾ ਸਵਾਲ ਲੈਂਦੇ ਆ ਮਨਦੀਪ। ਬੀਤੇ ਦਿਨ ਤੇ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਉੱਪਰ ਕਿ ਕਿਸਾਨਾਂ ਦੇ ਵੱਲੋਂ ਫਾਇਰ ਬ੍ਰਿਗੇਡ ਤੇ ਕਬਜ਼ਾ ਕਰ ਲਿਆ ਜਾਂਦਾ, ਕੀ ਇਹ ਪੂਰਾ ਮਾਮਲਾ? ਕਿਉਂਕਿ ਦੇਖੋ ਪਿਛਲੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ, ਇੱਕ ਜਿਹੜੀ ਫਾਇਰ ਬ੍ਰਿਗੇਡ ਸੀ ਨਾ ਉਹ ਅੱਗ ਬੁਝਾਉਣ ਜਾਂਦੀ ਹੈ ਕਿਸਾਨਾਂ ਦੇ ਖੇਤਾਂ ਦੇ ਵਿੱਚ ਲੱਗੀ ਹੋਈ ਹੈ। ਇਹ ਵੀਡੀਓ ਬਰਨਾਲਾ ਦੇ ਜ਼ਿਲ੍ਹੇ ਨਾਲ ਸੰਬੰਧਿਤ ਹੈ, ਪਿੰਡ ਕਾਲਕਾ ਦੀ ਹੈ, ਕਿਉਂਕਿ ਕਿਸਾਨਾਂ ਦੇਖੋ ਪੰਜਾਬ ਸਰਕਾਰ ਭਾਵੇਂ ਹੁਣ ਮੌਜੂਦਾ ਹੋਵੇ ਜਾਂ ਪਿਛਲੀ ਰਵਾਇਤੀਆਂ ਪਾਰਟੀਆਂ ਹੋਣ, ਉਹਨਾਂ ਨੇ ਦਾਅਵੇ ਕੀਤੇ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਕਿਸਾਨਾਂ ਦਾ ਜਿਹੜੀ ਪਰਾਲੀ ਦਾ ਮਸਲਾ ਵੇ, ਇਸ ਨੂੰ ਅਸੀਂ ਹੱਲ ਕਰਾਂਗੇ, ਪਹਿਲ ਦੇ ਆਧਾਰ ਤੇ ਕਰਾਂਗੇ, ਕਿਉਂਕਿ ਪ੍ਰਦੂਸ਼ਣ ਸਭ ਨੂੰ ਪਤਾ, ਕਿਸਾਨ ਹੋਵੇ ਭਾਵੇਂ ਲੀਡਰ ਹੋਣ, ਸਭ ਨੂੰ ਪਤਾ ਜਿਹੜੀ ਪ੍ਰਦੂਸ਼ਣ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਪਰਾਲੀ ਦਾ ਹੋ ਰਿਹਾ ਜਾਂ ਵੱਖਰਾ ਕਿਸੇ ਹੋਰ ਸਾਧਨ ਦੇ ਮਾਧਿਅਮ ਦੇ ਰਾਹੀਂ ਹੋ ਰਿਹਾ, ਉਹ ਬੜਾ ਘਾਤਕ ਹੈ ਮਨੁੱਖ ਦੇ ਵਾਸਤੇ। ਪਰ ਕਿਸਾਨਾਂ ਨੂੰ ਮਤਲਬ ਇੱਕ ਰੋਕ ਦੇਣਾ ਏਦਾਂ ਹੀ ਨਾ ਵੀ ਧੱਕੇ ਦੇ ਰੋਕਣਾ ਵੀ ਤੁਸੀਂ ਪਰਾਲੀ ਨੂੰ ਅੱਗ ਲਾ ਸਕਦੇ, ਕਿਸਾਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਸਾਨੂੰ ਬਦਲ ਦਿੱਤਾ ਜਾਵੇ, ਇਹਦਾ ਕੋਈ ਬਦਲ ਤਾਂ ਦਿਓ ਨਾ ਸਾਨੂੰ, ਵੀ ਅਸੀਂ ਕਰੀਏ ਕੀ। ਜੇਕਰ ਝੋਨੇ ਦੀ ਫਸਲ ਨੂੰ ਹੁਣ ਦੇਖੋ
ਹੁਣ ਇਸ ਵਾਰ ਝੋਨਾ ਲੇਟ ਹੋਇਆ ਪਰਾਲੀ ਦੀ ਅੱਗਾਂ ਜਿਹੜੀ ਹੁਣ ਲੱਗਣ ਲੱਗੀ ਹੈ ਨਾ ਹੁਣ ਜਿਹੜੀ ਮੰਗਲਵਾਰ ਨੂੰ ਇੱਕ ਰਿਪੋਰਟ ਸਾਹਮਣੇ ਆਈ ਹੈ ਉਹਦੇ ਵਿੱਚ ਤਕਰੀਬਨ ਮੰਗਲਵਾਰ ਦੀ ਰਾਤ ਨੂੰ 1800 ਤੋਂ ਵੱਧ ਪਰਾਲੀ ਥਾਵਾਂ ਤੇ ਜਗਾਈ ਗਈ ਹੈ ਜਿਹੜੀ ਜਲਾਈ ਹੈ ਪਰਾਲੀ ਜਲਾਈ ਗਈ ਹੈ ਪਰ ਹੁਣ ਇਹਦੇ ਉੱਤੇ ਸਰਕਾਰਾਂ ਇਹ ਨਹੀਂ ਲੱਭਦੀਆਂ ਵੀ ਇਹਦਾ ਕਾਰਨ ਕੀ ਹੈ ਧੱਕੇਸ਼ਾਹੀ ਦੇ ਨਾਲ ਕਿਸਾਨਾਂ ਨੂੰ ਦੱਬਣਾ ਚਾਹੁੰਦੀਆਂ ਨੇ ਕਿਉਂਕਿ ਕਿਸਾਨਾਂ ਦੇਖੋ ਇੱਕ ਜਿਹੜੀ ਗੱਠਾਂ ਕਹਿੰਦੇ ਅਸੀਂ ਬਣਾਵਾਂਗੇ ਸਰਕਾਰ ਜਿਹੜੀ ਮਸ਼ੀਨਾਂ ਦੇ ਰਹੀ ਹੈ ਨਾ ਉਹ ਕਹਿੰਦੀ ਅਸੀਂ ਗੱਠਾਂ ਬਣਾ ਰਹੇ ਹਾਂ ਇੱਕ ਕਿਸਾਨ ਦੇ ਉਹਨੇ ਅੱਗੇ ਕਣਕ ਬੀਜਣੀ ਸੀ ਉਹਦੇ ਚੱਕਰ ਨੂੰ ਨਹੀਂ ਆਏ ਖੇਤਾਂ ਦੇ ਵਿੱਚ ਬਣਾ ਕੇ ਚਲੇ ਗਏ ਕਈ ਕਈ ਦਿਨ ਆਉਂਦੇ ਨੀ 15-20 ਦਿਨ ਆਉਂਦੇ ਨੀ ਹੈਗੇ ਕਿਉਂਕਿ ਫਿਰ ਕਿਸਾਨ ਨੂੰ ਵੀ ਕਾਹਲੀ ਹੁੰਦੀ ਉੱਪਰੋਂ ਰੱਬ ਵੀ ਕਹਿੰਦੇ ਜਿਹੜਾ ਬੇਮੌਸਮੀ ਮੀਂਹ ਹੈ ਉਹਨੇ ਵੀ ਨੁਕਸਾਨ ਬਹੁਤ ਕੀਤਾ ਕਿਸਾਨਾਂ ਦਾ ਇੱਕ ਇਸ ਤੋਂ ਇਲਾਵਾ ਜਿਹੜਾ ਪਿੱਛੇ ਆਪਣਾ ਚੀਨੀ ਵਾਇਰਸ ਸੀ ਉਹਨੇ ਵੀ ਫਸਲ ਦਾ ਝਾੜ ਬਹੁਤ ਨੁਕਸਾਨ ਕੀਤਾ ਬਹੁਤ ਵੱਡੇ ਪੱਧਰ ਦੇ ਉੱਤੇ ਹੁਣ ਗੱਲ ਇੱਥੇ ਸਾਹਮਣੇ ਆਉਂਦੀ ਹੈ ਵੀ ਜੇਕਰ ਹੁਣ ਕਿਸਾਨ ਦੀ ਫਸਲ ਲੇਟ ਹੋ ਰਹੀ ਹੈ ਕਣਕ ਦੀ ਜਿਹੜੀ ਅੱਗੇ ਬੀਜਣ ਵਾਸਤੇ ਹੈ ਹੁਣ ਉਹਦੇ ਕਰਕੇ ਜੇਕਰ ਹੁਣ ਇਹ ਤਾਂ ਕਹਿੰਦੇ ਸੀ ਅਸੀਂ 2500 ਰੁਪਏ ਦੇਵਾਂਗੇ ਨਾ ਤਾਂ 2500 ਦਿੱਤਾ ਇਹਨਾਂ ਨੇ ਕੇਂਦਰ ਨੇ ਜਵਾਬ ਦਿੱਤਾ ਸੀ 1500 ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ 500 ਪੰਜਾਬ ਸਰਕਾਰ ਕਹਿੰਦੀ ਸੀ ਤੇ 500 ਦਿੱਲੀ ਸਰਕਾਰ ਕਹਿੰਦੀ ਸੀ 1000 ਤਾਂ ਦੇ ਸਕਦੇ ਸੀ ਨਾ ਜੇਕਰ ਕੇਂਦਰ ਨੇ ਹੱਥ ਖੜੇ ਕਰਤੇ ਵੀ ਅਸੀਂ ਜਿਹੜਾ ਝੋਨੇ ਦੀ ਪਰਾਲੀ ਦੇ ਵਾਸਤੇ 1500 ਨਹੀਂ ਦੇ ਸਕਦੇ ਪਰ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਮਿਲ ਕੇ 1000 ਤਾਂ ਕਰ ਸਕਦੀ ਸੀ ਨਾ ਜਿਹੜਾ ਕਰੋੜਾਂ ਰੁਪਇਆ ਬਾਹਰੀ ਸੂਬਿਆਂ ਦੀ ਚੋਣਾਂ ਦੇ ਉੱਤੇ ਜਾਂ ਇਸ਼ਤਿਹਾਰਬਾਜ਼ੀ ਦੇ ਉੱਤੇ ਖਰਚਾ ਜਾ ਰਿਹਾ ਹੁਣ ਦੇਖੋ ਭਗਵੰਤ ਮਾਨ ਹੋਰੀ ਹੋ ਗਏ ਜਾਂ ਫਿਰ ਸੁਖਬੀਰ ਸਿੰਘ ਬਾਦਲ ਆਪਣਾ ਪ੍ਰਕਾਸ਼ ਸਿੰਘ ਬਾਦਲ ਹੋ ਗਿਆ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੋਰੀ ਹੋ ਗਏ ਸੀਐਮ ਚੰਨੀ ਹੋ ਗਏ ਜਦੋਂ ਇਹਨੇ ਸਰਕਾਰਾਂ ਸੀ ਤਾਂ ਇਹ ਕੱਛਾਂ 'ਚ ਹੱਥ ਦੇ ਕੇ ਇੱਕ ਫੋਟੋ ਖਿਚਾ ਲੈਂਦੇ ਨੇ ਵੀ ਪ੍ਰਦੂਸ਼ਣ ਮਾੜਾ ਵੀ ਪਰਾਲੀ ਨਾ ਜਗਾਓ ਹਲਕਿਆਂ ਦੇ ਵਿੱਚ ਲਾਇਆ ਜਾਂਦਾ ਪਿੰਡਾਂ ਦੇ ਵਿੱਚ ਲਾਇਆ ਜਾਂਦਾ ਕਿ ਉਹਦੇ ਨਾਲ ਇਹਦਾ ਹੱਲ ਹੋ ਸਕਦਾ ਜਦੋਂ ਤੱਕ ਵੱਡੇ ਪੱਧਰ ਦੇ ਉੱਤੇ ਹੁਣ ਹਲਕੇ ਦੇ ਵਿੱਚ ਜਾਂ ਜ਼ਿਲ੍ਹੇ ਦੇ ਵਿੱਚ 5-7-10-20 ਜੋ ਮਸ਼ੀਨਰੀ ਹੈ ਉਹ ਦੇ ਕੇ ਕਹਿ ਦਾਂਗੇ ਆਪਾਂ ਵੀ ਹਾਂਜੀ ਅਸੀਂ ਸਰਕਾਰ ਜਿਹੜਾ ਪ੍ਰਦੂਸ਼ਣ ਹੈ ਉਹਨੂੰ ਕੰਟਰੋਲ ਕਰਨ ਵਾਸਤੇ ਅਸੀਂ ਤਾਂ ਬਹੁਤ ਕੁਝ ਕਰਤਾ ਇੰਨੀ ਮਸ਼ੀਨਾਂ ਦੇ ਦਿੱਤੀਆਂ ਤੁਸੀਂ ਇਹ ਵੀ ਦੇਖੋ ਨਾ ਰਕਬਾ ਕਿੰਨਾ ਪੰਜਾਬ ਦੇ ਵਿੱਚ ਜਿਹੜਾ ਇਸ ਵਕਤ ਪਰਾਲੀ ਦੇ ਨਾਲ ਝੂਝ ਰਿਹਾ ਹੁਣ ਤਾਂ ਕਿਸਾਨ ਨਹੀਂ ਚਾਹੁੰਦੇ ਵੀ ਅਸੀਂ ਪਰਾਲੀ ਬੀਜੀਏ ਇਹ ਤਾਂ ਬਦਲ ਨਹੀਂ ਹੈ ਕਿਸਾਨਾਂ ਕੋਲ ਹੁਣ ਝੋਨਾ ਤੇ ਜੀਰੀ ਮਾਫ ਕਰਨਾ ਝੋਨਾ ਤੇ ਕਣਕ ਫਸਲ ਇੱਕ ਇਹੋ ਜਿਹੇ ਨੇ ਇਹਦੀ MSP ਦੇ ਨਿਰਧਾਰਤ ਹੈਗੇ ਹੁਣ ਮੂੰਗੀ ਦੀ ਗੱਲ ਹੋਈ ਸੀ ਮੂੰਗੀ ਦੇ ਕੀ ਪੰਜਾਬ ਸਰਕਾਰ ਨੇ ਜਿਹੜਾ ਦਾਵਾ ਕੀਤਾ ਸੀ ਮੂੰਗੀ ਦੀ MSP ਦਾ ਕੀ ਪੂਰਾ ਕੀਤਾ ਇਹ ਵੀ ਵੱਡਾ ਸਵਾਲੀ ਨਿਸ਼ਾਨ ਹੈ ਸਰਕਾਰ ਦੇ ਉੱਤੇ ਹੁਣ ਜਿਹੜੀ ਪਰਾਲੀ ਦੀ ਸਮੱਸਿਆ ਹੈ ਇਹ ਸਭ ਨੂੰ ਪਤਾ ਮਨੁੱਖ ਦੇ ਸਰੀਰ ਵਾਸਤੇ ਤੇ ਭਵਿੱਖ ਵਾਸਤੇ ਬਹੁਤ ਘਾਤਕ ਹੈ ਪਰ ਸਰਕਾਰ ਇਹ ਨਹੀਂ ਦੇਖਦੀ ਕਿ ਕਿਸਾਨ ਕੋਲ ਇਸਦਾ ਬਦਲਵਾ ਹੱਲ ਕੀ ਹੈ ਕਿਉਂਕਿ ਜਦੋਂ ਕਿਸਾਨਾਂ ਨੂੰ ਹੱਲ ਦਿੱਤਾ ਜਾਏਗਾ ਤਾਂ ਕਿਸਾਨ ਆਪੇ ਇਸ ਤੋਂ ਪਿੱਛੇ ਹਟ ਜਾਣਗੇ ਕਿਉਂਕਿ ਪਰਾਲੀ ਨੂੰ ਹੁਣ ਬਿਆਨ ਦਿੱਤੇ ਜਾਂਦੇ ਨੇ ਵੀ ਅਸੀਂ ਪਰਾਲੀ ਨੂੰ ਇੰਨੀ ਸਾਂਭਾਂਗੇ ਇੰਨੇ ਸਾਂਭ ਕੇ ਪਰਾਲੀ ਨੂੰ ਇਹ ਕੁਝ ਬਣਾਵਾਂਗੇ ਪਰ ਉਹਨੂੰ ਹਕੀਕਤ ਦੇ ਵਿੱਚ ਤਾਂ ਲਿਆਓ ਨਾ ਹੁਣ ਵਿਰੋਧੀ ਤਾਂ ਇਹ ਵੀ ਲਾ ਰਹੇ ਨੇ ਕਿ ਪੰਜਾਬ ਦੇ ਵਿੱਚ ਪਰਾਲੀ ਓਦਾਂ ਹੀ ਜਲ ਰਹੀ ਹੈ ਤੇ ਜਿਹੜੇ ਪੰਜਾਬ ਸਰਕਾਰ ਹੈ ਸੀਐਮ ਮਾਨ ਹੋ ਗਏ ਜਾਂ ਜਿਹੜੇ ਆਪਣੇ MLA ਸਾਹਿਬਾ ਹੋ ਗਏ ਉਹ ਸਾਰੇ ਆਪਣੇ ਗੁਜਰਾਤ ਦੀ ਚੋਣ ਜਾਂ ਹਿਮਾਚਲ ਦੀ ਚੋਣਾਂ ਦੇ ਵੱਲ ਧਿਆਨ ਹੈ ਉਹਨਾਂ ਨੂੰ ਪੰਜਾਬ ਦੇ ਵਿੱਚ ਪਤਾ ਹੋਣੀ ਵੀ ਜਿਹੜੇ ਪੰਜਾਬ ਦਾ ਜਿਹੜਾ ਧੂੰਆਂ ਵੀ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਰਿਹਾ ਉੱਧਰ ਮਨੋਹਰ ਲਾਲ ਖੱਟਰ ਜਿਹੜਾ ਪੰਜਾਬ ਦੇ ਨੇੜੇ ਲੱਗਦਾ ਸੂਬਾ ਹਰਿਆਣਾ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਜਿਹੜਾ ਧੂੰਆਂ ਜਾ ਰਿਹਾ ਇਹ ਤਾਂ ਸਾਰਾ ਪੰਜਾਬ ਦਾ ਜਾ ਰਿਹਾ ਕੀ ਮਨੋਹਰ ਲਾਲ ਖੱਟਰ ਨੂੰ ਪੁੱਛਣਾ ਚਾਹਾਂਗੇ ਕਿ ਜਿਹੜੀ ਪੰਜਾਬ ਦਾ ਧੂੰਆਂ ਕੀ ਤੁਸੀਂ ਇਹ ਅੰਕੜੇ ਦੇ ਸਕਦੇ ਹੋ ਕਿ ਹਰਿਆਣੇ ਦੇ ਵਿੱਚ ਕਿਸੇ ਕਿਸਾਨ ਨੇ ਪਰਾਲੀ ਨਹੀਂ ਫੂਕੀ ਧੱਕੇਸ਼ਾਹੀ ਦੇ ਨਾਲ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਦਬਾਇਆ ਵੀ ਜਾ ਰਿਹਾ ਹੋਰ ਵੀ ਬਹੁਤ ਮੰਗਾਂ ਨੇ ਕਿਸਾਨਾਂ ਦੀਆਂ ਪਰ ਸਰਕਾਰ ਜੇ ਨੈਤਿਕਤਾ ਦੇ ਆਧਾਰ ਦੇ ਉੱਤੇ ਇਹ ਸੋਚੇ ਕਿ ਇਹਦਾ ਢੁਕਵਾਂ ਹੱਲ ਕੀ ਹੈ ਕੇਵਲ ਪਰਚੇ ਕਰਨਾ ਧਮਕੀਆਂ ਦੇਣੀਆਂ ਜਾਂ ਫਿਰ ਜ਼ਮੀਨ ਦੇ ਵਿੱਚ ਰੈੱਡ ਜਿਹੜੀ ਲਾਈਨ ਹੈ ਉਹ ਖਿੱਚ ਦੇਣੀ ਇਹ ਪਰਾਲੀ ਸਾੜਨ ਤੋਂ ਰੋਕਣ ਦਾ ਕਿਸਾਨਾਂ ਦੇ ਲਈ ਹੱਲ ਨਹੀਂ ਹੈ ਪਰਮੀਤ ਜੀ ਕਿਉਂਕਿ ਹੁਣ ਦਿੱਲੀ ਦੇ ਵਿੱਚ ਵੀ ਇਹ ਆਪਾਂ ਸਭ ਨੂੰ ਪਤਾ ਵੀ ਉੱਥੇ ਪ੍ਰਦੂਸ਼ਣ ਕਿੰਨਾ ਹੁੰਦਾ ਹੁਣ ਸਰਕਾਰਾਂ ਨੇ ਕੀਤਾ ਕੀ ਹੈ ਸਰਕਾਰਾਂ ਸਿਰਫ ਇਹ ਜਿਹੜਾ ਆਪਣਾ ਪਰਾਲੀ ਪ੍ਰਦੂਸ਼ਣ ਦਾ ਜਿਹੜਾ ਇੱਕ ਗੁਬਾਰਾ ਇਹ ਕਿਸਾਨਾਂ ਦੇ ਸਿਰ ਤੇ ਮੜ ਦਿੰਦੇ ਦੇਖੋ ਜਦੋਂ ਰਾਵਣ ਫੂਕਿਆ ਜਾਂਦਾ ਦੁਸਹਿਰੇ ਦੇ ਦੌਰਾਨ ਦੀਵਾਲੀ ਨੂੰ ਪਟਾਕੇ ਚਲਾਏ ਜਾਂਦੇ ਨੇ ਦੀਵਾਲੀ ਦੇ ਉੱਥੇ ਹਰਿਆਣੇ ਆਪਣਾ ਮਾਫ਼ ਕਰਨਾ ਦਿੱਲੀ ਦੇ ਵਿੱਚ ਪਟਾਕੇ ਚਲਾਉਣ ਦੇ ਉੱਤੇ ਪਾਬੰਦੀ ਵੀ ਸੀ ਤੇ 6 ਮਹੀਨੇ ਸਜ਼ਾ ਵੀ ਸੀ ਜੋ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਕਿ ਉਸ ਤੋਂ ਬਾਵਜੂਦ ਉੱਥੇ ਦਿੱਲੀ ਦੇ ਵਿੱਚ ਪਟਾਕੇ ਨਹੀਂ ਚੱਲੇ ਤੇ ਪੰਜਾਬ ਦੇ ਵਿੱਚ ਜੇਕਰ ਟਾਈਮ ਨਿਰਧਾਰਿਤ ਸੀ ਜੋ ਪ੍ਰਦੂਸ਼ਣ ਕਰਦੇ ਨੇ ਪਟਾਕੇ ਤੇ ਉਹਦਾ ਦੇਖੋ ਤੁਸੀਂ ਕਿੰਨਾ ਕੁਝ ਕੀ ਕੁਝ ਨਹੀਂ ਕੀਤਾ ਗਿਆ ਕਿਵੇਂ ਜਿਹੜੇ ਲਾਇਸੈਂਸੀ ਕਾਰੋਬਾਰੀ ਸੀ ਕਿਵੇਂ ਲੈ ਗਏ ਕੀ ਕੁਝ ਵਿਵਾਦਾਂ ਦੇ ਵਿੱਚ ਵੀ ਆਇਆ ਸਭ ਕੁਝ ਸਾਹਮਣੇ ਮੀਡੀਆ ਦੇ ਵਿੱਚ ਗੱਲਾਂ ਬਾਤਾਂ ਆਈਆਂ ਨੇ ਸੋ ਇਹੀ ਗੱਲ ਕਹਿਣਾ ਚਾਹਾਂਗੇ ਕਿ ਸਰਕਾਰ ਨੂੰ ਪਰਾਲੀ ਦੇ ਮਸਲੇ ਦੇ ਉੱਤੇ ਕੋਈ ਢੁਕਵਾਂ ਹੱਲ ਕੱਢਣਾ ਚਾਹੀਦਾ ਐਵੇਂ ਫੋਕੇ ਜਾਂ ਹਵਾਈ ਜਿਹੜੇ ਬਿਆਨ ਹੈ ਇਹ ਦੇਖ ਕੇ ਨਹੀਂ ਸਰਨਾ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਬਹੁਤ ਕਰਜ਼ਾਈ ਹੋ ਚੁੱਕਿਆ
ਉਸਨੂੰ ਇਹਦੇ ਵਿੱਚੋਂ ਕੱਢਣ ਦੇ ਲਈ ਸਿਰ ਹੱਥ ਕੰਡੇ ਅਪਣਾਉਣੇ ਚਾਹੀਦੇ ਨੇ, ਨਾ ਕਿ ਕਿਸਾਨਾਂ ਨੂੰ ਡਰਾ ਧਮਕਾ ਕੇ ਉਹਨਾਂ ਤੇ ਪਰਚੇ ਪਰਾਲੀ ਰੋਕਣ ਨਾ। ਕਿਸਾਨ ਦੇਖੋ ਕਿਸਾਨਾਂ ਨੇ ਰੁਕਣਾ ਵੀ ਨਹੀਂ ਹੈ, ਕਿਸਾਨ ਇਸ ਵਕਤ ਇਹੋ ਜਿਹੀ ਸਥਿਤੀ ਦੇ ਵਿੱਚ ਨੇ ਉਹ ਸਰਕਾਰ ਦੇ ਦਬਾਅ ਹੇਠਾਂ ਨਹੀਂ ਆਉਣਗੇ। ਕਿਉਂਕਿ ਇੱਕ ਤਾਂ ਪਹਿਲਾਂ ਹੀ ਇਸ ਵਾਰ ਨਾ ਪਰਮੀਤ ਜੀ ਨੂੰ ਇੱਕ ਮੈਂ ਗੱਲ ਹੋਰ ਸਾਂਝੀ ਕਰਨੀ ਚਾਹਾਂਗਾ, ਦੇਖੋ ਜਿਹੜੇ ਖੇਤਰਾਂ ਦੇ ਵਿੱਚ ਭਾਰੀ ਬਾਰਿਸ਼ ਪਈ ਹੈ, ਜਿੱਥੇ ਪਾਣੀ ਜ਼ਿਆਦਾ ਭਰ ਗਿਆ, ਹੜ੍ਹ ਵਰਗੇ ਹਾਲਾਤ ਬਣ ਗਏ ਸੀ, ਨਾ ਝੋਨੇ ਫਸਲਾਂ ਲੇਟ ਹੋਈਆਂ, ਉੱਥੇ ਕਿਸਾਨਾਂ ਦੇ ਉੱਤੇ ਮਾਰ ਦੂਜੀ ਵੀ ਪਈ ਹੈ। ਇੱਕ ਜਿਹੜੀ ਮਸੀ ਦੂਜੀ ਆਪਣਾ ਕਪੈਨ ਹੁੰਦੀ ਸੀ ਜਿਹੜੀ 1400-1500 ਦੇ ਵਿੱਚ ਵੱਢਦੀ ਹੁੰਦੀ ਸੀ ਨਾ ਆਪਣੀ ਫਸਲ ਇੱਕ ਕਿੱਲਾ, ਹੁਣ ਉਹ ਜਿਹੜੀ ਚੈਨ ਵਾਲੀ ਕਪੈਨ ਜਿਹੜੇ ਹੁਣ ਪਾਣੀ ਖੜਿਆ ਖੇਤ ਦੇ ਵਿੱਚ ਗਿੱਲਾ ਖੜਿਆ, ਝੋਨੇ ਦੀ ਫਸਲ ਗਿਰ ਰਹੀ ਹੈ, ਕਿਸਾਨ ਨੂੰ ਮਜਬੂਰੀ ਹੈ ਉਹ ਵਧਾਵੇ ਉਹਨੂੰ। ਹੁਣ ਜਿਹੜੀ ਦੂਜੀ ਚੈਨ ਵਾਲੀ ਮਸ਼ੀਨ ਹੈ ਉਹ 4000 ਰੁਪਇਆ ਜਾਂ ਘੰਟਾ ਕਹਿ ਲਈਏ ਜਾਂ ਕਿੱਲਾ ਕਹਿ ਲਈਏ, ਘੰਟੇ ਦੇ ਵਿੱਚ ਕਿੱਲੇ ਵੱਢਦੀ ਹੈ, ਉਹ 4000 ਲੈ। ਤੁਸੀਂ ਇਹ ਦੇਖੋ ਵੀ ਇੱਕ ਕਿੱਲੇ ਦੇ ਪਿੱਛੇ ਕਿੰਨਾ ਉਹ ਜਾ ਰਿਹਾ। ਹੁਣ ਉਸ ਤੋਂ ਇਲਾਵਾ ਸਰਕਾਰ ਆਪਣਾ ਕਿਸਾਨ ਉਹ ਗਾਰੇ ਵਾਲੇ ਖੇਤ ਚ ਪਰਾਲੀ ਕਿਵੇਂ ਸਾਂਭੂ, ਕੱਢੂ ਕਿਵੇਂ ਉਹਦੇ ਚੋਂ, ਪਹਿਲਾਂ ਕਿੰਨਾ ਖਰਚਾ ਹੋ ਰਿਹਾ। ਇਹ ਸਰਕਾਰਾਂ ਦੇ ਨਾ ਤਾਂ ਧਿਆਨ ਦੇ ਵਿੱਚ, ਨਾ ਸਰਕਾਰਾਂ ਇਸ ਬਾਰੇ ਸੋਚਣਾ ਹੈ, ਕਿਉਂਕਿ ਹੁਣ ਕਿਸਾਨ ਆਰਥਿਕ ਪੱਖੋਂ ਦਿਨ ਪਰ ਦਿਨ ਕਮਜ਼ੋਰ ਹੁੰਦਾ ਜਾ ਰਿਹਾ। ਇਹਨਾਂ ਗੱਲਾਂ ਕਰਕੇ ਸਰਕਾਰ ਪਰਾਲੀ ਦਾ ਕੋਈ ਢੁਕਵਾਂ ਹੱਲ ਲੱਭੇ, ਅਸੀਂ ਵੀ ਚਾਹੁੰਦੇ ਆਪਣੇ ਮਾਧਿਅਮ ਰਹੇ ਵੀ ਕਿ ਕਿਸਾਨ ਪਰਾਲੀ ਫੂਕਣ, ਪਰ ਉਹਨਾਂ ਨੂੰ ਕੋਈ ਢੁਕਵਾਂ ਹੱਲ ਦਿੱਤਾ ਜਾਵੇ। ਜੀ ਪਰਮੇਸ਼ ਜੀ, ਸਰਕਾਰ ਵੀ ਕਿਤੇ ਕਿਸਾਨਾਂ ਦੀਆਂ ਜੋ ਮੰਗਾਂ ਨੇ ਪੂਰੀਆਂ ਕਰਨ ਵਿੱਚ ਅਸਫਲ ਨੇ। ਕਿਸਾਨ ਵੀ ਮੰਗ ਕਰ ਰਹੇ ਹਨ ਪੁਖਤਾ ਪ੍ਰਬੰਧ ਹੋਣ, ਪਲਾਂਟ ਲੱਗਣ, ਜੋ ਮਸ਼ੀਨਾਂ ਹੁੰਦੀਆਂ ਨੇ ਵੇਦਰ ਉਹ ਵੱਧ ਤੋਂ ਵੱਧ ਆਉਣ, ਤਾਂ ਜੇ ਪਰਾਲੀ ਚੱਕੀ ਜਾਵੇ ਟਾਈਮ ਤੇ ਤਾਂ ਕਿਸਾਨਾਂ ਨੂੰ ਜਲਾਉਣੀ ਨਾ ਪਵੇ, ਤਾਂ ਸਰਕਾਰ ਨੇ ਵੱਧ ਤੋਂ ਪਲਾਨ ਲਾ ਕੇ ਕਿਸਾਨਾਂ ਦੀ ਮਦਦ ਕੀਤੀ ਜਾਵੇ। ਜੀ ਜੀ ਪਰਮੀਤ ਜੀ, ਗੈਂਗਸਟਰ ਅੰਸਾਰੀ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ, ਕੀ ਹੈ ਜੀ ਪੂਰਾ ਮਾਮਲਾ? ਕਾਂਗਰਸ ਦੀ ਸਰਕਾਰ ਦੇ ਵੇਲੇ ਗੈਂਗਸਟਰ ਮੁਖਤਾਰ ਅੰਸਾਰੀ ਬੜੀ ਚਰਚਾ ਦੇ ਵਿੱਚ ਰਹਿੰਦੇ ਨੇ। ਇਲਜ਼ਾਮ ਲੱਗੇ ਸੀ ਕਿ ਇੱਕ ਜਾਲੀ ਐਫ ਆਈ ਆਰ ਦਰਜ ਕੀਤੀ ਜਾਂਦੀ ਆ ਮੋਹਾਲੀ ਦੇ ਵਿੱਚ ਇੱਕ ਬਿਲਡਰ ਨੂੰ ਧਮਕੀ ਦੇਣ ਦੇ ਮਾਮਲੇ ਚ। ਮੁਖਤਾਰ ਅੰਸਾਰੀ ਉੱਤਰ ਪ੍ਰਦੇਸ਼ ਤੋਂ ਫਿਰ ਪੰਜਾਬ ਲਿਆਂਦਾ ਜਾਂਦਾ ਹੈ, ਰੱਖਿਆ ਜਾਂਦਾ ਹੈ ਰੋਪੜ ਦੀ ਜੇਲ੍ਹ ਵਿੱਚ। ਖਬਰਾਂ ਇਹ ਸਾਹਮਣੇ ਆਈਆਂ ਸੀ ਤਾਂ ਉਸ ਤੋਂ ਬਾਅਦ ਸਥਿਤੀ ਕੁਝ ਸਾਫ਼ ਵੀ ਹੋਈ ਸੀ ਕਿ ਮੁਖਤਾਰ ਅੰਸਾਰੀ ਦੀ ਉੱਥੇ ਇੱਕ ਪ੍ਰਾਹੁਣੇ ਦੇ ਵਾਂਗ ਸੇਵਾ ਕੀਤੀ ਗਈ ਸੀ। ਉਹਨਾਂ ਨੂੰ ਬੈਰਕ ਵਿੱਚ ਰੱਖਣ ਦੀ ਬਜਾਏ ਇੱਕ ਉੱਥੇ ਕੁਆਟਰ ਜਿਹਨਾਂ ਵਿੱਚ ਬਣੇ ਹੁੰਦੇ ਨੇ ਅਧਿਕਾਰੀਆਂ ਵਾਸਤੇ, ਉਸ ਵਿੱਚ ਰੱਖਿਆ ਹੋਇਆ ਸੀ। ਲਗਾਤਾਰ ਉਹਨਾਂ ਦੀ ਪਤਨੀਆਂ ਉਹਨਾਂ ਨੂੰ ਮਿਲਣ ਦੇ ਲਈ ਆ ਰਹੀ ਸੀ ਤੇ ਉਹਨਾਂ ਦੇ ਰਸੋਈਆ ਵੀ ਰੱਖਿਆ ਹੋਇਆ ਸੀ, ਉਹਨਾਂ ਦੇ ਰੋਜ਼ਾਨਾ ਖਾਣ ਪੀਣ ਦੀਆਂ ਚੀਜ਼ਾਂ ਬਣਾ ਰਿਹਾ ਸੀ। ਤਾਂ ਉਸ ਸਮੇਂ ਅਧਿਕਾਰੀਆਂ ਦਾ ਇਹ ਕਹਿਣਾ ਸੀ ਸਾਨੂੰ ਚੰਡੀਗੜ੍ਹੋਂ ਫੋਨ ਆ ਰਹੇ ਨੇ ਮੰਤਰੀਆਂ ਦੇ ਜਾਂ ਅਫਸਰਾਂ ਦੇ, ਕਹਿ ਲਵੋ ਕਿ ਇਹ ਆਪਣਾ ਖਾਸ ਬੰਦਾ ਹੈ, ਇਸ ਦੀ ਸੇਵਾ ਕਰਨੀ ਆ। ਮੁਖਤਾਰ ਅੰਸਾਰੀ ਨੂੰ ਲੈ ਕੇ ਫਿਰ ਉੱਤਰ ਪ੍ਰਦੇਸ਼ ਸੁਪਰੀਮ ਕੋਰਟ ਤੱਕ ਹੀ ਪਹੁੰਚ ਕਰਦੀ ਹੈ ਕਿ ਸਾਡਾ ਕੈਦੀ ਆ ਜਿਸ ਨੂੰ ਪੰਜਾਬ ਸਰਕਾਰ ਲੈ ਗਈ ਤੇ ਹੁਣ ਮੋੜਨ ਤੋਂ ਇਨਕਾਰ ਕਰ ਰਹੀ ਆ। ਤਾਂ ਫਿਰ ਸੁਪਰੀਮ ਕੋਰਟ ਦਖਲ ਤੋਂ ਬਾਅਦ ਮੁਖਤਾਰ ਅੰਸਾਰੀ ਨੂੰ ਪੰਜਾਬ ਤੋਂ ਉੱਤਰ ਪ੍ਰਦੇਸ਼ ਪੁਲਿਸ ਵਾਪਸ ਲੈ ਕੇ ਜਾਂਦੀ ਆ। ਤਾਂ ਫਿਰ ਇਲਜ਼ਾਮ ਇਹ ਲੱਗਦੇ ਨੇ ਤਾਂ ਜੇਲ੍ਹ ਮੰਤਰੀ ਜਿਹੜੇ ਖੁਦ ਹੁਣ ਨੇ ਹਰਜੋਤ ਸਿੰਘ ਬੈਂਸ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ, ਸਾਬਕਾ ਜੇਲ੍ਹ ਮੰਤਰੀ ਤੇ ਕੁਝ ਸਮੇਂ ਲਈ ਬਣੇ ਗ੍ਰਹਿ ਮੰਤਰੀ ਦੇ ਉੱਪਰ ਵੱਡੇ ਇਲਜ਼ਾਮ ਲਗਾਏ ਜਾਂਦੇ ਨੇ। ਖਬਰਾਂ ਇਹ ਸਾਹਮਣੇ ਆਉਂਦੀਆਂ ਨੇ ਜਾਂ ਜਾਣਕਾਰੀ ਇਹ ਸਾਹਮਣੇ ਆਉਂਦੀ ਆ ਕਿ 50 ਲੱਖ ਤੋਂ ਵੱਧ, 55 ਲੱਖ ਦੇ ਨੇੜੇ ਪੈਸੇ ਖਰਚੇ ਜਾਂਦੇ ਨੇ ਮੁਖਤਾਰ ਅੰਸਾਰੀ ਨੂੰ ਸਿਰਫ ਪੰਜਾਬ ਰੱਖਣ ਦੇ ਲਈ। ਇੱਕ ਜਾਲੀ ਐਫ ਆਈ ਆਰ ਦਰਜ ਕੀਤੀ ਜਾਂਦੀ ਆ ਤੇ ਹੁਣ ਤੱਕ ਦੀ ਜਾਣਕਾਰੀ ਆ। ਤਾਂ ਅਜਿਹਾ ਕੀ ਸੀ ਤੁਸੀਂ ਮੁਖਤਾਰ ਅੰਸਾਰੀ ਨੂੰ ਪੰਜਾਬ ਰੱਖ ਰਹੇ ਹੋ, ਉਹਦਾ ਇੱਕ ਬਿਲਡਰ ਦੇ ਨਾਲ ਤੁਸੀਂ ਫੇਕ ਐਫ ਆਈ ਆਰ ਦਰਜ ਕਰ ਰਹੇ ਹੋ, ਤਾਂ ਉਸਦੀ ਲੋੜ ਕੀ ਸੀ? ਤਾਂ ਸਵਾਲ ਖੜੇ ਹੁੰਦੇ ਨੇ ਕਿ ਕਾਂਗਰਸ ਦੇ ਅਜਿਹੇ ਕਿਹੜੇ ਰਿਸ਼ਤੇ ਨੇ ਉਸ ਗੈਂਗਸਟਰ ਦੇ ਨਾਲ ਕਿ ਉਸਨੂੰ ਯੂਪੀ ਤੋਂ ਪੰਜਾਬ ਲਿਆਂਦਾ ਹੈ ਤੇ ਜਿਹਦੇ ਸਾਰੇ ਕਾਨੂੰਨ ਤੋੜ ਕੇ ਉਸਦੀ ਸੇਵਾ ਕੀਤੀ ਜਾਂਦੀ ਹੈ। ਇਸ ਪੂਰੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਤੋਂ ਹਰੀ ਝੰਡੀ ਮਿਲ ਚੁੱਕੀ ਹੈ ਤੇ ਪ੍ਰਮੁੱਖ ਸਕੱਤਰ ਨੇ ਜੋ ਅਨੁਰਾਗ ਵਰਮਾ ਨੇ DGP ਗੌਰਵ ਯਾਦਵ ਨੂੰ ਜਾਂਚ ਪੂਰੀ ਕਰਨ ਦੇ ਲਈ ਕਿਹਾ ਹੈ 2 ਹਫ਼ਤਿਆਂ ਦੇ ਵਿੱਚ, ਤੇ ਖੁਫੀਆ ਵਿਭਾਗ ਤੇ ADGP ਨੇ ਜਾਂਚ ਸ਼ੁਰੂ ਕਰਤੀ ਆ। ਹੁਣ ਦੇਖਦੇ ਹਾਂ ਇਸ ਪੂਰੇ ਮਾਮਲੇ 'ਚ ਕੀ ਬਣਦਾ ਹੈ, ਬਾਕੀ ਪਿਛਲੇ ਮੁੱਖ ਮੰਤਰੀ ਤੇ ਸਾਬਕਾ ਜੇਲ੍ਹ ਮੰਤਰੀ ਦੇ ਵਿੱਚ ਕੋਈ ਇਸ 'ਚ ਕਮੀ ਪਾਈ ਜਾਂਦੀ ਆ ਕਿ ਵਾਕਈ ਉਹ ਭਾਗੀਦਾਰ ਸੀ ਜਾਂ ਫਿਰ ਸਭ ਕੁਛ ਝੂਠ ਆ, ਇਹ ਸਮਾਂ ਬਿਆਨ ਕਰੇਗਾ। ਜੀ ਮਨਦੀਪ ਜੀ, ਕਿਉਂਕਿ ਬਿਲਕੁਲ ਦੇਖੋ ਹੁਣ ਵੀ ਗੈਂਗਸਟਰਾਂ ਦੇ ਨਾਲ ਸੰਬੰਧਿਤ ਜੋ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਅੱਜ ਵੀ ਕਈ ਜੇਲ੍ਹਾਂ ਦੇ ਵਿੱਚ ਫੋਨ ਬਰਾਮਦ ਕੀਤੇ ਗਏ ਨੇ, ਦੇਖੋ ਹੁਣ ਸਰਕਾਰ ਕਿਤੇ ਨਾ ਕਿਤੇ ਫੇਲ ਦਿਖਾਈ ਦੇ ਰਹੀ ਹੈ। ਉਹ ਕਾਰਨ ਕੀ ਹੈ, ਉਹ ਕੌਣ ਨੇ ਜਿਹੜੇ ਪੰਜਾਬ ਦੇ ਅੰਦਰ ਜੇਲ੍ਹਾਂ ਦੇ ਵਿੱਚ ਬੈਠੇ ਇਹ ਸਭ ਕੁਛ ਸਫਾਈ ਕਰ ਰਹੇ ਨੇ? ਕਿਉਂਕਿ ਹੁਣ ਫਰੀਦਕੋਟ ਜੇਲ੍ਹ ਦੇਖ ਲਓ ਤੁਸੀਂ, ਕਪੂਰਥਲਾ ਜੇਲ੍ਹ ਦੇਖ ਲਓ, ਇਹਨਾਂ ਜੇਲ੍ਹਾਂ ਦੇ ਵਿੱਚ ਵੀ ਬਹੁਤ ਮਾਤਰਾ ਦੇ ਵਿੱਚ ਅੱਜ ਵੀ ਬਹੁਤ ਜਿਹੜੇ ਮੋਬਾਈਲ ਫੋਨ ਹੈ ਉਹ ਬਰਾਮਦ ਕੀਤੇ ਗਏ ਨੇ। ਸਰਕਾਰ ਦੀ ਕਾਰਜਗੁਜ਼ਾਰੀ ਤੇ ਸਵਾਲ ਤਾਂ ਖੜੇ ਹੋਣਗੇ ਹੀ। ਜੀ ਜੀ
जी मनदीप चर्चा करते हैं जथेदार ज्ञानी हरप्रीत सिंह जी लैके उन्होंने एक वीडियो सामने आती है अपने प्लेटफॉर्म तो पैंती है फेसबुक के उपर एस जी पीसी से पर कुछ समय बाद डिलीट किया जाता है ये की सी पूरा मामला देखो परमीत जी ये ना अज कल अपना जो ज्ञानी हरप्रीत सिंह पाकिस्तान के दौरे पर गए हुए थे ना जो उत्थे अपना गुरपर्ब के नाल संबंधित प्रोग्राम च गए हुए उधर अज कल तो उत्थे एक 1984 के जो 1984 के जहाज हाईजैक होया सी ना पंजाब का भारत का तो वह जिन्हें हाईजैक किया जहाज वह व्यक्ति उस तस्वीर के दिखाई देता ना जथेदार साहब होर नाम से जी जो ਉਹਦੇ ਵਿੱਚ ਆਪਣਾ ਜਿਹੜਾ ਨਾਲ ਉਹਨਾਂ ਨੂੰ ਦਿਖਾਈ ਦਿੰਦਾ ਉਹਦਾ ਨਾਮ ਰਵਿੰਦਰ ਸਿੰਘ ਉਰਫ ਮਨਜੀਤ ਸਿੰਘ ਪਿੰਕਾ ਨਾਮ ਹੈ ਜੀ ਉਹਦਾ ਤੇ ਉਹ ਵਿਵਾਦਾਂ ਵਿੱਚ ਆਉਂਦੇ ਨੇ ਇੱਕ ਪਾਕਿਸਤਾਨ ਦੇ ਜਦੋਂ ਇਹ ਵੀਡੀਓ ਸਿਰਫ ਪੰਜਾ ਸਾਹਿਬ ਦੀ ਦੱਸੀ ਜਾ ਰਹੀ ਹੈ ਕਿ ਉੱਥੇ ਉਹਨਾਂ ਦੇ ਨਾਲ ਮੁਲਾਕਾਤ ਵੀ ਹੋਈ ਹੈ ਤੇ ਇਸ ਵੀਡੀਓ ਵਿੱਚ ਨਜ਼ਰ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਜਿਹੜੇ ਆਪਣੇ ਪਿੰਕਾ ਜਿਹੜੇ ਹਾਈਜੈਕ ਜਿਹੜਾ ਜਹਾਜ਼ ਕੀਤਾ ਸੀ ਉਹਨਾਂ ਨੇ ਕਿਹਾ ਕਿ ਇਹ ਪਾਕਿਸਤਾਨ ਦੇ ਵਿੱਚ ਮੈਂ ਆਪਣੀ ਸਜ਼ਾ ਕੱਟ ਚੁੱਕਿਆ ਇਸਦੇ ਸੰਬੰਧ ਦੇ ਵਿੱਚ ਵੀ ਉਹਨਾਂ ਨੇ ਕੁਝ ਮਸਲਿਆਂ ਨਾਲ ਸੰਬੰਧਿਤ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਇਸ ਮਸਲੇ ਦੇ ਉੱਤੇ ਸਿੱਖੀ ਦੇ ਨਾਲ ਵਿਚਾਰਾਂ ਚਰਚਾ ਕੀਤੀਆਂ ਨੇ ਜੀ ਜੀ ਮਨਦੀਪ ਹੁਣ ਗੱਲ ਕਰਦੇ ਹਾਂ ਇੱਕ ਅੱਜ ਕੱਲ੍ਹ ਬੜੀ ਚਰਚਾ ਹੋ ਰਹੀ ਹੈ ਫੋਰਚੂਨਰ ਗੱਡੀ ਨੂੰ ਲੈ ਕੇ ਬਿਲਕੁਲ ਜੀ ਬਿਲਕੁਲ ਵੀਡੀਓ ਵਾਇਰਲ ਹੁੰਦੀ ਆ ਤੁਹਾਡੇ ਨੇੜੇ ਉਹ ਪਿੰਡ ਨੇ ਜਿੱਥੋਂ ਦਾ ਪੂਰਾ ਮਾਮਲਾ ਹੈ ਤਾਂ ਬੜੀ ਚਰਚਾ ਚ ਗੱਲ ਕਰਦੇ ਹਾਂ ਕਿ 2017 ਦੇ ਵਿੱਚ ਇੱਕ ਗੱਡੀ ਗਾਇਬ ਹੋ ਜਾਂਦੀ ਆ ਹਥਿਆਰਾਂ ਦੇ ਜ਼ੋਰ ਦੇ ਉੱਪਰ ਗੱਡੀ ਖੋਲ ਲਈ ਜਾਂਦੀ ਆ ਉਸ ਤੋਂ ਬਾਅਦ 2018 ਦੇ ਵਿੱਚ ਫਰਵਰੀ ਚ ਉਹ ਗੱਡੀ ਪੁਲਿਸ ਦੇ ਵੱਲੋਂ ਬਰਾਮਦ ਕਰ ਲਈ ਜਾਂਦੀ ਆ ਉਸ ਤੋਂ ਬਾਅਦ ਜੋ ਕੋਈ ਗੱਡੀ ਪੁਲਿਸ ਬਰਾਮਦ ਕਰਦੀ ਆ ਜਾਂ ਕੋਈ ਵੀ ਚੀਜ਼ ਹੁੰਦੀ ਆ ਤਾਂ ਉਹ ਮਾਲਖਾਨੇ ਵਿੱਚ ਜਮ੍ਹਾਂ ਕਰਵਾਉਣੀ ਹੁੰਦੀ ਆ ਪਰ ਉਸ ਸਮੇਂ ਜੋ ਦੱਸਦੇ ਆ ਕਿ ਸਹਾਇਕ ਥਾਣੇਦਾਰ ਸੀ ਚਮਕੌਰ ਸਿੰਘ ਉਹਨਾਂ ਦੇ ਵੱਲੋਂ ਉਹ ਫੋਰਚੂਨਰ ਜੋ ਵਾਈਟ ਰੰਗ ਦੀ ਗੱਡੀ ਸੀ ਉਹ ਜਮ੍ਹਾਂ ਨਹੀਂ ਕਰਵਾਏਗੀ ਮਾਲਖਾਨੇ ਦੇ ਵਿੱਚ ਤੇ ਉਹ ਜੋ ਗੱਡੀ ਹੁੰਦੀ ਆ ਉਹ ਥਾਣਾ ਮੁਖੀ ਪ੍ਰੇਮ ਸਿੰਘ ਭੰਗੂ ਨੂੰ ਵਰਤਣ ਦੇ ਲਈ ਦਿੰਦੇ ਨੇ ਜਾਂ ਉਹਨਾਂ ਜ਼ੋਰ ਹੁੰਦਾ ਹੈ ਵੱਡੇ ਅਫਸਰ ਨੇ ਉਹ ਲੈ ਲੈਂਦੇ ਨੇ ਤਾਂ ਉਹ ਗੱਡੀ ਲੰਬੇ ਸਮੇਂ ਤੱਕ ਵਰਤਦੇ ਨੇ ਤੇ ਇਸਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਅਕਤੂਬਰ 2021 ਦੇ ਵਿੱਚ ਫਿਰ ਉਹ ਗੱਡੀ ਨੂੰ ਭੰਨ ਤੋੜ ਕੇ ਮਾਲਖਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ ਇਹ ਪੂਰਾ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਤੱਕ ਵੀ ਪਹੁੰਚਦਾ ਹੈ ਤੇ ਲੁਧਿਆਣਾ ਦੇ ਵਿੱਚ ਹੁਣ ਸਭ ਨੂੰ ਲੈ ਕੇ ਅਦਾਲਤ ਵਿੱਚ ਕਾਰਵਾਈ ਚੱਲ ਰਹੀ ਆ ਪੁਲਿਸ ਬੜੀ ਢਿੱਲੀ ਕਾਰਵਾਈ ਕਰ ਰਹੀ ਸੀ ਲੁਧਿਆਣਾ ਦਿਹਾਤੀ ਦੀ ਪਰ ਜਦੋਂ ਹੁਣ 5 ਨਵੰਬਰ ਨੂੰ ਫਿਰ ਸੁਣਵਾਈ ਹੋਣ ਜਾ ਰਹੀ ਆ ਤਾਂ ਇੱਕ ਵਾਰੀ ਸਖਤੀ ਕਰਦੇ ਹੋਏ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਪਰਚਾ ਦਰਜ ਕਰ ਲਿਆ ਗਿਆ ਹੈ ਦੋ ਪੁਲਿਸ ਮੁਲਾਜ਼ਮ ਨੇ ਉਹੀ ਦੱਸਿਆ ਤੁਹਾਨੂੰ ਕਿ ਚਮਕੌਰ ਸਿੰਘ ਤੇ ਪ੍ਰੇਮ ਸਿੰਘ ਤੇ ਉਹਨਾਂ ਦੇ ਨਾਲ ਇੱਕ ਜੋ ਆਰ ਟੀ ਆਈ ਕਾਰਕੁਨ ਸੀ ਜਗਸੀਰ ਸਿੰਘ ਉਹਨਾਂ ਦਾ ਵੀ ਨਾਮ ਸ਼ਾਮਿਲ ਹੈ ਇਹ ਤਿੰਨਾਂ ਨੂੰ ਜਾਣਨ ਕਰਕੇ ਜੋ ਪਰਚਾ ਦਰਜ ਕੀਤਾ ਗਿਆ ਹੈ ਸਵਾਲ ਫਿਰ ਉਹੀ ਆ ਕਿ ਪੁਲਿਸ ਦਾ ਹੈ ਸੁਰੱਖਿਆ ਦੇਣਾ ਕੋਈ ਚੀਜ਼ ਬਰਾਮਦ ਹੋਈ ਆ ਉਹਦੀ ਦੇਖਭਾਲ ਕਰਨਾ ਉਹਨੂੰ ਮਾਲਖਾਨੇ ਵਿੱਚ ਜਮ੍ਹਾਂ ਕਰਵਾ ਕੇ ਆਪਣੀ ਡਿਊਟੀ ਨਿਭਾਉਣਾ ਪਰ ਇੱਥੇ ਪੁਲਿਸ ਮੁਲਾਜ਼ਮ ਬਰਾਮਦ ਹੋਈ ਗੱਡੀ ਨੂੰ ਵਰਤ ਰਹੇ ਨੇ ਤੇ ਬੜੀ ਐਸ਼ੋ ਆਰਾਮ ਦੇ ਨਾਲ ਉਹਦਾ ਨੰਬਰ ਸੀ ਹਨਾ ਉਸਨੂੰ ਵੀ ਫਰਜ਼ੀ ਨੰਬਰ ਲਾ ਕੇ ਜੋ ਫਰਜ਼ੀ ਨੰਬਰ ਸੀ PB10AZ1500 ਲਗਾ ਕੇ ਉਹਦੀ ਵਰਤੋਂ ਕੀਤੀ ਜਾ ਜਦੋਂ ਕਿ ਉਹ ਗੱਡੀ ਦਾ ਓਰਿਜਨਲ ਨੰਬਰ ਸੀ ਉਹ ਸੀ PB10UF0501 ਤਾਂ ਪੁਲਿਸ ਦੇ ਉੱਪਰ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਤਾਂ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਪੁਲਿਸ ਨੂੰ ਵੀ ਆਪਣੇ ਅੰਦਰ ਕੁਝ ਬਦਲਾਵ ਕਰਨ ਦੀ ਜ਼ਰੂਰਤ ਆ ਜੋ ਇਸਦੇ ਅੰਦਰ ਡਿਪਾਰਟਮੈਂਟ ਦੇ ਵਿੱਚ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਜ਼ਰੂਰਤ ਆ ਜੀ ਮੰਦੀ ਕਿਉਂਕਿ ਬਿਲਕੁਲ ਜੀ ਦੇਖੋ ਪਰਮੀਤ ਜੀ ਜੇਕਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨਾ ਜਾਂ ਗੈਂਗਸਟਰਾਂ ਦਾ ਜਾਂ ਖਾਤਮਾ ਕਰਨਾ ਹਨਾ ਜੋ ਖੋਫ ਬਣਿਆ ਹੋਇਆ ਪੰਜਾਬ ਦੇ ਵਿੱਚ ਜਦੋਂ ਤੱਕ ਸਰਕਾਰ ਪੰਜਾਬ ਪੁਲਿਸ ਦੀ ਭੂਮਿਕਾ ਦੇ ਉੱਤੇ ਉਹਨੂੰ ਸਖਤੀ ਨਹੀਂ ਹੁੰਦ ਕਰਦੀ ਕਿਉਂਕਿ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਦਾ ਡਿਪਾਰਟਮੈਂਟ ਹੈ ਉਹ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਅਹਿਮੀਅਤ ਰੱਖਦਾ ਹੈ ਕਿਉਂਕਿ ਸਰਕਾਰ ਜਦੋਂ ਹੁਣ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨ ਜਾ ਰਹੇ ਨੇ ਉਹ ਜਾ ਕਿਵੇਂ ਰਹੇ ਨੇ ਇਹ ਵੀ ਸਭ ਦੇ ਸਾਹਮਣੇ ਹੈ ਹੁਣ ਕਿੰਨੇ ਫੜੇ ਗਏ ਨੇ ਕਿੰਨੇ ਅਫਸਰ ਵੱਡੇ ਵੱਡੇ ਸਸਪੈਂਡ ਹੋਏ ਨੇ ਜਿਹੜੇ ਅੰਦਰ ਮਤਲਬ ਕਹਿ ਦਈਏ ਆਪਾਂ ਨਸ਼ਾ ਸਪਲਾਈ ਕਰਦੇ ਫੜੇ ਗਏ ਨੇ ਮੋਬਾਈਲ ਫੋਨ ਇਹ ਜਾ ਕਿਸੇ ਨਾ ਕਿਸੇ ਥਰੂ ਤਾਂ ਜਾ ਹੀ ਰਿਹਾ ਨਾ ਜਾ ਕਿਵੇਂ ਰਿਹਾ ਇਹ ਵੀ ਸਰਕਾਰ ਦੇ ਲਈ ਵੱਡੀ ਚੁਣੌਤੀ ਹੈ ਹੁਣ ਦੂਜੇ ਪਾਸੇ ਜੇ ਜਦੋਂ ਨਸ਼ਾ ਫੜਿਆ ਜਾਂਦਾ ਜਾਂ ਸਪਲਾਈ ਹੁੰਦਾ ਉਹਦੇ ਵਿੱਚ ਬਹੁਤ ਸਾਰਿਆਂ ਦਾ ਨਾਮ ਆਉਂਦਾ ਹੈ ਉਹ ਸਸਪੈਂਡ ਹੋ ਚੁੱਕੇ ਨੇ ਜਿਹੜੀ ਪੰਜਾਬ ਪੁਲਿਸ ਦੀ ਸਰਕਾਰ ਦੀ ਜਿਹੜੀ ਕਾਰਜਗੁਜ਼ਾਰੀ ਹੈ ਨਾ ਸਰਕਾਰ ਇਹਦੇ ਖਿਲਾਫ ਕੋਈ ਵੱਡਾ ਐਕਸ਼ਨ ਲਏ ਜਾਂ ਫਿਰ ਕੋਈ ਵੱਡਾ ਐਲਾਨ ਕਰੇ ਤਾਂ ਕਿ ਜਿਹੜੀਆਂ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਬੈਠੀਆਂ ਨਾ ਜਿਹੜਾ ਪੰਜਾਬ ਦੇ ਭਵਿੱਖ ਨੂੰ ਬਰਬਾਦ ਕਰਨ ਤੇ ਤੁਰੀਆਂ ਹੋਈਆਂ ਨੇ ਭਾਵੇਂ ਖਾਕੀ ਵਰਦੀ ਪਾਈ ਹੋਈ ਹੈ ਉਹਨਾਂ ਨੇ ਪਰ ਖਾਕੀ ਵਰਦੀ ਦੇ ਅੰਦਰ ਕੀ ਹੈ ਇਹ ਸਭ
ਦੇ ਚਿਹਰੇ ਤੇ ਨਹੀਂ ਲਿਖਿਆ ਜਾਂਦਾ। ਇਸ ਨੂੰ ਲੱਭਣ ਵਾਸਤੇ ਪੰਜਾਬ ਸਰਕਾਰ ਨੂੰ ਵੱਡੇ ਐਕਸ਼ਨ ਲੈਣੇ ਪੈਣਗੇ ਤੇ ਹੁਣ ਵੇਖਣਾ ਹੋਊਗਾ। ਦੇਖੋ ਪੰਜਾਬ ਸਰਕਾਰ ਜਿਹੜੀ ਮਾਨ ਸਰਕਾਰ ਕੀ ਕੁਝ ਕਰਦੀ ਹੈ, ਕਿਉਂਕਿ ਇਹ ਤਾਂ ਪਹਿਲਾਂ 4 ਹਫ਼ਤਿਆਂ ਦੇ ਵਿੱਚ ਵੀ ਕਹਿੰਦੇ ਸੀ ਜੀ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ, 24 ਘੰਟੇ ਦੇ ਵਿੱਚ ਬੇਅਦੀ ਮਸਲੇ ਦਾ ਇਨਸਾਫ਼ ਦੇ ਦਿਆਂਗੇ, ਪਰ ਵਾਅਦੇ ਕਰਨੇ ਤੇ ਉਸ ਨੂੰ ਪੂਰਾ ਕਰਨੇ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਹੁਣ ਸਰਕਾਰ ਦੇ ਲਈ ਚੁਣੌਤੀ ਵੱਡੀ ਹੈ। ਹੁਣ ਦੇਖਣਾ ਹੋਊਗਾ ਸਮਾਂ, ਭਾਵੇਂ ਥੋੜਾ ਹੋਇਆ, 7 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਸਮਾਂ ਥੋੜਾ ਟਾਈਮ ਜ਼ਿਆਦਾ, ਹੁਣ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਸਰਕਾਰ ਆਉਣ ਵਾਲੇ ਸਾਲਾਂ ਦੇ ਵਿੱਚ ਕੀ ਕੁਝ ਕਰਦੀ ਹੈ, ਪੰਜਾਬ ਦੇ ਲੋਕਾਂ ਦੇ ਮਨਾਂ ਦੇ ਉੱਤੇ ਖਰਾ ਉਤਰਦੀ ਹੈ ਜਾਂ ਫਿਰ ਨਹੀਂ, ਕਿਉਂਕਿ ਪ੍ਰਸ਼ਾਸਨ ਦੀ ਭੂਮਿਕਾ ਪੰਜਾਬ ਨੂੰ ਸੁਧਾਰਨ ਦੇ ਵਿੱਚ ਬਹੁਤ ਵੱਡੀ ਭੂਮਿਕਾ। ਇਕੱਲੇ ਭਗਵੰਤ ਮਾਨ ਹੋਰਾਂ ਦੇ ਬਿਆਨ ਦੇ ਨਾਲ ਪੰਜਾਬ ਮੁੜ ਰੰਗਲਾ ਪੰਜਾਬ ਨਹੀਂ ਬਣਨਾ। ਭਾਵੇਂ ਭਗਵੰਤ ਮਾਨ ਇੱਕ ਵਾਰ ਕੀ 24 ਘੰਟੇ ਲਾਈਵ ਹੋ ਕੇ ਬਿਆਨ ਦੇਈ ਜਾਣ ਕਿ ਮੈਂ ਪੰਜਾਬ ਰੰਗਲਾ ਬਣਾਉਣਾ, ਜਦੋਂ ਉਹਦੀ 92 ਪੂਰੇ ਨੇ, 91 ਜਿਹੜੀ ਟੀਮ ਹੈ ਉਹਦੀ MLA ਦੀ, ਜਦੋਂ ਉਹ ਹੀ ਸੋਚਦੀ ਇਸਦੇ ਸਹੀ ਦੇ ਉੱਤੇ। ਹੁਣ ਜਿਵੇਂ ਆਡੀਓ ਵਾਇਰਲ ਹੁੰਦੀ ਹੈ ਸਾਰੀ ਕੈਬਨਿਟ ਮੰਤਰੀ ਹੋਰਾਂ ਦੀ, ਜੇਕਰ ਉਹ ਵੀ ਇਹੋ ਜਿਹੇ ਕੰਮ ਕਰਨ ਲੱਗ ਗਏ ਤਾਂ ਇਹ ਭਗਵੰਤ ਮਾਨ ਦਾ ਜਿਹੜਾ ਸੁਪਨਾ ਨਾ, ਜੇ ਸੱਚਾ ਸੁਪਨਾ ਲਿਆ ਹੋਇਆ ਭਗਵੰਤ ਮਾਨ ਨੇ, ਤਾਂ ਉਹ ਅਸਫਲ ਰਹਿਣਗੇ, ਉਹ ਸਫਲ ਨਹੀਂ ਹੋਣਗੇ। ਜੀ ਪਰਮਿਤ ਜੀ, ਜੀ ਮਾਈਨਿੰਗ ਹੋਵੇ ਜਾਂ ਫਿਰ ਨਜਾਇਜ਼ ਮਾਈਨਿੰਗ ਹੋਵੇ, ਹਮੇਸ਼ਾ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਰਿਹਾ ਹੈ ਕਿ ਸਰਕਾਰਾਂ ਹਮੇਸ਼ਾ ਅਦਾਲਤ ਵਿੱਚ ਜਾ ਕੇ ਫਟਕਾਰ ਖਾਂਦੀਆਂ ਰਹੀਆਂ ਨੇ। ਹੁਣ ਵੀ ਪੰਜਾਬ ਸਰਕਾਰ ਨੂੰ 50,000 ਰੁਪਏ ਦਾ ਜੁਰਮਾਨਾ ਲੱਗਿਆ ਮਾਈਨ ਨੂੰ ਲੈ ਕੇ, ਪੂਰਾ ਮਾਮਲਾ ਜੀ। ਤੇ ਪਰਮਿਤ ਜੀ, ਹਾਈਕੋਰਟ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਪੰਜਾਬ ਸਰਕਾਰ ਨੇ। ਇਹ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ। ਹੁਸ਼ਿਆਰਪੁਰ ਦੇ ਨਾ ਸਾਈਟ ਦਾ ਇੱਕ ਠੇਕਾ ਰੱਦ ਕਰਨ ਤੇ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਹਾਈਕੋਰਟ ਦੇ ਵੱਲੋਂ ਜੁਰਮਾਨਾ ਕੀਤਾ ਗਿਆ 50,000 ਦਾ, ਤੇ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਰਟ ਦੇ ਨਿਯਮਾਂ ਨੂੰ ਪੰਜਾਬ ਸਰਕਾਰ ਨਹੀਂ ਮੰਨੇਗੀ ਤਾਂ ਐਕਸ਼ਨ ਇਸ ਤੋਂ ਵੱਡਾ ਵੀ ਹੋ ਸਕਦਾ ਹੈ। ਕਿਉਂਕਿ ਭਾਵੇਂ ਹਾਈਕੋਰਟ ਦੇ ਨਾਲ ਹੋਵੇ ਜਾਂ ਫਿਰ ਭਾਵੇਂ ਪੰਜਾਬ ਦੇ ਰਾਜਪਾਲ ਦੇ ਨਾਲ ਹੋਵੇ, ਪੰਜਾਬ ਸਰਕਾਰ ਵਿਵਾਦਾਂ ਦੇ ਵਿੱਚ ਰਹੀ ਹੈ। ਨਾ ਤਾਂ ਪੰਜਾਬ ਸਰਕਾਰ ਦੀ ਰਾਜਪਾਲ ਹੋਰਾਂ ਦੇ ਨਾਲ ਬਣ ਰਹੀ ਹੈ, ਜਾਂ VC ਦਾ ਮਾਮਲਾ ਹੋਵੇ, ਆਪਣੇ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੀ ਹੈ, ਨਿਯੁਕਤੀ ਰੱਦ ਹੋ ਜਾਂਦੀ ਹੈ, ਉਹਦੇ ਉੱਤੇ ਵੀ ਦੋਸ਼ ਲਾਏ ਜਾਂਦੇ ਨੇ ਕਿ ਉਹ BJP ਦੇ ਇਸ਼ਾਰੇ ਦੇ ਉੱਤੇ ਪੰਜਾਬ ਸਰਕਾਰ ਦੇ ਨਾਲ ਟੱਕਰ ਲੈ ਰਹੇ ਨੇ ਰਾਜਪਾਲ। ਇਹ ਵੀ ਸਿਆਸਤ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਆਪਣੇ ਦੇ ਸਾਹਮਣੇ ਦੇਖਿਆ ਹੀ, ਖ਼ਬਰਾਂ ਸਾਹਮਣੇ ਆਈਆਂ ਨੇ। ਤੇ ਹੁਣ ਜਿਹੜਾ ਇਹ ਮਾਮਲਾ ਸੀ, ਹਾਈਕੋਰਟ ਨੇ ਇਸ ਮਾਮਲੇ ਸੁਣਵਾਈ ਕੀਤੀ ਹੈ ਤੇ ਉਹਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਭਵਿੱਖ ਦੇ ਵਿੱਚ ਅਜਿਹਾ ਕੁਝ ਕਰਦੀ ਹੈ ਤਾਂ ਸਰਕਾਰ ਇਹਦੀ ਨਿਯਮਾਂ ਦੀ ਪਾਲਣਾ ਕਰਦੀ ਹੈ ਤਾਂ ਮੁੜ ਇਹੋ ਇਹਦੇ ਖਿਲਾਫ ਸਖ਼ਤਾਈ ਜਿਹੜੀ ਕੀਤੀ ਜਾਵੇਗੀ। ਤੇ ਪੰਜਾਬ ਸਰਕਾਰ ਦੇ ਹੁਣ ਆਪਣੀ ਗਲਤੀ ਮੰਨ ਲਈ ਹੈ ਤੇ ਜਿਹੜਾ ਫੈਸਲਾ ਸੀ ਉਹ ਵਾਪਸ ਵੀ ਲੈ ਲਿਆ। ਦੇਖੋ ਉਹੀ ਗੱਲ ਆ ਜਾਂਦੀ ਹੈ, ਪਹਿਲਾਂ ਫੈਸਲਾ ਲੈ ਲੈਣਾ, ਉਹ ਵੀ ਜਦੋਂ ਸਰਕਾਰ ਬਣੀ ਹੈ 7 ਮਹੀਨੇ ਵਿੱਚ ਕਾਫੀ ਫੈਸਲੇ ਇਹੋ ਜਿਹੇ ਨੇ ਜਿਹੜੇ ਵਾਪਸ ਵੀ ਲਏ ਸਰਕਾਰ ਨੇ। ਜੀ ਪਰਮੀਤ ਜੀ, ਮਾਈਨਿੰਗ ਲੈ ਕੇ ਹੁਣ ਵੀ ਇੱਕ ਜੱਜਮੈਂਟ ਆਈ ਸੀ ਕਿ ਜੋ ਨਾਲ ਨੇ ਬਾਰਡਰ ਏਰੀਏ ਦੇ ਉੱਥੇ ਹੁਣ ਫੌਜ ਨਿਗਰਾਨੀ ਕਰੇਗੀ ਤੇ ਫੌਜ ਦੀ ਨਿਗਰਾਨੀ ਦੇ ਹੇਠ ਹੀ ਮਾਈਨਿੰਗ ਹੋਵੇਗੀ। ਪਹਿਲਾਂ ਰੋਕ ਲੱਗ ਜਾਂਦੀ ਆ ਕਿ ਉੱਥੋਂ ਅੱਤਵਾਦੀ ਲੰਘ ਜਾਂਦੇ ਨੇ ਜਾਂ ਜੇ ਕੁਛ ਵੀ ਹੁੰਦਾ ਹੈ ਤਾਂ ਰੋਕ ਲੱਗ ਚੁੱਕੀ ਸੀ। ਤਾਂ ਪੰਜਾਬ ਸਰਕਾਰ ਲਗਾਤਾਰ ਅਦਾਲਤ ਦੇ ਵਿੱਚ ਆਪਣੇ ਪੱਖ ਨੂੰ ਚੰਗੀ ਤਰ੍ਹਾਂ ਪੇਸ਼ ਨਹੀਂ ਕਰ ਰਹੀ, ਪਰ ਮਾਈਨਿੰਗ 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਮੁੱਦਾ ਸੀ ਤੇ ਹੁਣ ਵੀ ਉਸੇ ਤਰ੍ਹਾਂ ਬਣਿਆ ਹੋਇਆ ਹੈ। ਸਰਕਾਰ ਨੇ ਦਾਅਵਾ ਕੀਤਾ ਸੀ ਕਿ ਅਸੀਂ ਜੋ ਰੇਤਾ ਹੈ ਸਸਤਾ ਕਰਾਂਗੇ, ਪਰ ਜੋ ਗੱਲਬਾਤ ਚੱਲਦੀ ਹੈ ਆਫ ਕੈਮਰਾ ਲੋਕਾਂ ਦੇ ਨਾਲ ਜਾਂ ਦੁਕਾਨਦਾਰ, ਉਹ ਸਭ ਦਾ ਹੀ ਕਹਿਣਾ ਕਿ ਬਈ ਨਾ ਤਾਂ ਰੇਤਾ ਸਸਤਾ ਹੋਇਆ ਨਾ ਬਜਰੀ ਸਸਤੀ, ਸਭ ਕੁਛ ਮਹਿੰਗਾ ਹੋਇਆ ਤੇ ਸਾਰੇ ਲੋਕ ਕੈਮਰੇ ਤੇ ਆਉਣ ਦੇ ਲਈ ਅੱਗੇ ਡਰ ਰਹੇ ਨੇ, ਇਹ ਤਾਂ ਪਤਾ ਨੀ ਕੀ ਕਾਰਨ ਆ। ਜੀ ਮਨਦੀਪ, ਬਿਲਕੁਲ ਜੀ, ਦੇਖੋ ਲੋਕ ਸੁਚੇਤ ਵੀ ਹੋ ਗਏ, ਉਹ ਕਹਿੰਦੇ ਵੀ ਅਸੀਂ ਰਾਜਨੀਤਿਕ ਤੌਰ ਦੇ ਉੱਤੇ ਵਿਵਾਦਾਂ ਦੇ ਵਿੱਚ ਨਹੀਂ ਪੈਣਾ, ਕਿਉਂਕਿ ਹੁਣ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ 2022 ਦੇ ਵਿੱਚ ਜਿਹੜਾ ਚੋਣ ਦੇ ਵਿੱਚ ਨਾ ਤਾਂ ਚੋਣ ਕਮਿਸ਼ਨ ਸਮਝ ਲੱਗ ਗਏ ਸੀ, ਜਿਹੜੇ ਸਰਵੇਖਣ ਕਰਦੇ ਸੀ ਨਾ ਉਹਨਾਂ ਨੂੰ ਪਤਾ ਲੱਗ ਰਿਹਾ ਸੀ ਹੋ ਕੀ ਰਿਹਾ ਇਸ ਵਾਰ, ਕਹਿੰਦੇ ਖਿਚੜੀ ਪੱਕੂਗੀ। ਸਾਰੇ ਕਹਿੰਦੇ ਸੀ ਕਿ ਇਸ ਵਾਰ ਬਹੁਮਤ ਕਿਸੇ ਨੂੰ ਨਹੀਂ ਆਉਣਾ, ਰਲਗੱਡਮੀ ਸਰਕਾਰ ਬਣੂਗੀ, ਪਰ ਜੋ ਲੋਕਾਂ ਦਾ ਮੂਡ ਸੀ, ਜੋ ਲੋਕਾਂ ਨੇ ਫਤਵਾ ਦਿੱਤਾ ਆਮ ਆਦਮੀ ਪਾਰਟੀ ਨੂੰ, ਹੁਣ ਵੇਖਣਾ ਹੋਵੇਗਾ ਦੇਖੋ ਆਮ ਆਦਮੀ ਪਾਰਟੀ ਉਹਦੇ ਉੱਤੇ ਸਿਰੇ ਚੜ੍ਹਦੀ ਹੈ ਜਾਂ ਫਿਰ ਨਹੀਂ, ਜਾਂ ਫਿਰ ਅਧੂਰਾ ਆਪਣ ਮਹਿਸੂਸ ਹੁੰਦਾ ਵੋਟਰਾਂ ਨੂੰ, ਜਿਹੜਾ 2022 ਦੇ ਵਿੱਚ ਲੋਕਾਂ ਨੇ ਵੋਟ ਪਾਈ ਸੀ ਆਮ ਆਦਮੀ ਪਾਰਟੀ ਨੂੰ, ਤਾਂ ਹੁਣ 2027 ਦੇ ਵਿੱਚ ਹੀ ਪਤਾ ਲੱਗੇਗਾ। ਜਿਹੜੀ ਆਪਾਂ ਗੱਲ ਕਰ ਰਹੇ ਸੀ ਜਿਹੜਾ ਹਾਈਕੋਰਟ ਨੇ ਜੁਰਮਾਨਾ ਕੀਤਾ, ਇਹ ਪੰਜਾਬ ਸਰਕਾਰ ਨੇ 23 ਸਤੰਬਰ ਨੂੰ ਇਹਦਾ ਠੇਕਾ ਜਿਹੜਾ ਉਹ ਪਾਸ ਕੀਤਾ ਸੀ, ਜਿਹੜੇ ਹੁਕਮ ਜਾਰੀ ਕੀਤੇ ਸੀ, ਜਦੋਂ ਮਾਮਲਾ ਹਾਈਕੋਰਟ ਦੇ ਵਿੱਚ ਚਲਾ ਗਿਆ ਤਾਂ ਇਹ 26 ਅਕਤੂਬਰ ਨੂੰ ਹੁਕਮ ਵਾਪਸ ਲੈ ਕੇ ਸੀ। ਜੀ ਪਰਮੀਤ ਜੀ, ਜੀ ਤਾਂ ਤੁਹਾਡਾ ਮਨਦੀਪ ਜੀ ਬਹੁਤ ਧੰਨਵਾਦ ਸਾਥ ਦੇਣ ਦੇ ਲਈ। ਜੀ ਤੁਹਾਡੇ ਬਹੁਤ ਧੰਨਵਾਦ ਪਰਮੀਤ ਜੀ। ਤਾਂ ਸਾਡੇ ਨਾਲ ਜੁੜੇ ਰਹੇ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਪੰਜਾਬ ਦੇ ਹਰ ਮਸਲੇ ਤੇ ਅਸੀਂ ਗੱਲ ਕਰਦੇ ਹਾਂ, ਸਾਡਾ ਸਾਥ ਦੇਣ ਦੇ ਲਈ ਸਾਡੇ ਨਾਲ ਜੁੜੇ ਰਹੋ, ਧੰਨਵਾਦ।
ਧੰਨਵਾਦ।